पटियाला दे सूलर कलोनी विखे स्थित है नवजीवनी मंदबुद्धि बच्चों का स्कूल। सन 1981 इसनू नवजीवनी ट्रस्ट के नाम नाल शुरू किया गया सी। उस समय इस विच एक ही बच्चा दाखिल होया सी जो कि ट्रस्ट अते स्कूल के चेयरपर्सन डायरैक्टर अते स्टाफ की सख्त मेहनत सदका 135 बच्चों की गिणती तक पहुँच गया है। हुण इस स्कूल विच आम बच्चों वास्ते बीएड का कोर्स अते टीचर ट्रेनिंग का कोर्स भी करवाया जाता है। अज के युग में साढ़े समाज में इहो जिहे होर संस्थानों की भी जरूरत है। आओ सुनते हाँ इस संस्था बारे स्कूल का डायरैक्टर मैडम सरबजीत कौर संधु का की कहना है। अज तुहानू असीं मिलवाउण जा रहे हाँ नवजीवनी मंदबुद्धि बच्चों के स्कूल के डायरैक्टर मैडम सरबजीत कौर संधु जी नाल। आओ जानते हाँ यह संस्था समाज में अपना की रोल प्ले कर रही है। सत श्री अकाल जी। सत श्री अकाल जी। सब तो पहला मैं धन्यवाद करना चाहूँगी ਤੁਹਾਡੇ ਦਰਸ਼ਕਾਂ ਦਾ ਅਤੇ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਸਾਡੇ ਸਕੂਲ ਨੂੰ ਸਾਡੇ ਸਕੂਲ ਦੇ ਬੱਚਿਆਂ ਦੀ ਕਵਰੇਜ ਕਰਨ ਦਾ ਅੱਜ ਟਾਈਮ ਕੱਢਿਆ। ਨਵਜੀਵਨੀ ਸਕੂਲ ਇੱਕ ਸੁਸਾਇਟੀ ਰਜਿਸਟਰ ਕੀਤੀ ਗਈ ਸੀ 1981 ਦੇ ਵਿੱਚ। ਪਟਿਆਲੇ ਦੇ ਵਿੱਚ ਕੁਛ ਉਸ ਸਮੇਂ ਦੇ ਸੂਝਵਾਨ ਵਿਅਕਤੀ ਸੀਗੇ, ਉਹਨਾਂ ਨੇ ਇੱਕ ਐਨ ਜੀ ਓ ਰਜਿਸਟਰ ਕੀਤੀ ਨਵਜੀਵਨੀ ਦੇ ਨਾਮ 'ਤੇ, ਅਤੇ ਉਹ ਕੁਛ ਕੰਮ ਕਰਨਾ ਚਾਹੁੰਦੇ ਸੀ ਮੰਦਬੁੱਧਤਾ ਦੇ ਉੱਤੇ। ਅਤੇ ਇਸ ਤਰੀਕੇ ਇਹ ਸਕੂਲ 1981 ਦੇ ਵਿੱਚ ਸ਼ੁਰੂ ਕੀਤਾ ਗਿਆ। ਉਸ ਟਾਈਮ ਦੇ ਵਿੱਚ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਡਿਫਰੈਂਟ ਤਰ੍ਹਾਂ ਦਾ ਔਰ ਨਵੇਂ ਤਰ੍ਹਾਂ ਦਾ ਇੱਕ ਉਪਰਾਲਾ ਸੀਗਾ। ਲੋਕਾਂ ਨੂੰ ਸਮਝਣ ਦੇ ਵਿੱਚ ਵੀ ਟਾਈਮ ਲੱਗਿਆ, ਕਿਉਂਕਿ ਉਹ ਟਾਈਮ ਸੀ ਜਦੋਂ ਲੋਕ ਅਗਰ ਕਿਸੇ ਦੇ ਘਰ ਦੇ ਵਿੱਚ ਮੰਦ ਬੁੱਧੀ ਬੱਚਾ ਆ ਗਿਆ ਅਤੇ ਉਹਦੀਆਂ ਸਪੈਸ਼ਲ ਨੀਡਸ ਨੂੰ ਸਮਝਣ ਦੀ ਬਜਾਏ ਇੱਕ ਸੋਸਾਇਟੀ ਦੇ ਪ੍ਰੈਸ਼ਰ ਕਰਕੇ ਕਹਿ ਲਓ ਕਿ ਦੂਜੇ ਭੈਣ ਭਰਾਵਾਂ ਦੇ ਕੱਲ੍ਹ ਨੂੰ ਵਿਆਹ ਨਹੀਂ ਹੋਣੇ, ਹੋਰ ਘਰ ਦੇ ਵਿੱਚ ਪ੍ਰੋਬਲਮਸ ਆਉਣਗੀਆਂ, ਉਹ ਬੱਚੇ ਨੂੰ ਘਰ 'ਚ ਛੁਪਾ ਕੇ ਰੱਖਿਆ ਜਾਂਦਾ ਸੀ। ਸੋ ਇਹ ਸਕੂਲ ਜਦੋਂ ਸ਼ੁਰੂ ਕੀਤਾ 3 ਮਹੀਨੇ 3 ਜਣਿਆਂ ਦੇ ਸਟਾਫ ਦੇ ਨਾਲ ਸਿਰਫ ਇੱਕੋ ਹੀ ਬੱਚਾ ਸਕੂਲ 'ਚ ਸੀਗਾ। ਸੋ ਇਸ ਤਰੀਕੇ ਇਹ ਸਕੂਲ ਸ਼ੁਰੂ ਹੋਇਆ ਅਤੇ ਅੱਜ ਤੁਹਾਡੇ ਸਾਹਮਣੇ ਸਾਡੇ ਕੋਲ 135 ਬੱਚੇ ਹੈਗੇ ਨੇ ਔਨ ਰੋਡ। ਅਤੇ ਹੁਣ ਲੋਕਾਂ ਨੂੰ ਸਮਝ ਆਉਣ ਲੱਗ ਗਿਆ ਹੈ ਕਿ ਜਿਹੜੀ ਸਪੈਸ਼ਲ ਨੀਡਸ ਵਾਲੇ ਬੱਚੇ ਨੇ ਇਹਨਾਂ ਦੀ ਵੀ ਸੁਸਾਇਟੀ ਦੇ ਵਿੱਚ ਇੱਕ ਆਪਣੀ ਜਗ੍ਹਾ ਹੈ ਅਤੇ ਇਹਨਾਂ ਦੀਆਂ ਜਿਹੜੀਆਂ ਸਪੈਸ਼ਲ ਨੀਡਸ ਨੇ ਉਹ ਪੂਰੀਆਂ ਹੋਣਗੀਆਂ ਅਤੇ ਇਹਨਾਂ ਨੂੰ ਟ੍ਰੇਨਿੰਗ ਦਿਲਵਾਉਣੀ ਜ਼ਰੂਰੀ ਹੈ। ਮੈਂ ਜਾਣਨਾ ਚਾਹੂੰਗਾ ਕਿ ਇਹ ਸੰਸਥਾ ਸਰਵਾਈਵ ਕਿਵੇਂ ਕਰਦੀ, ਚੱਲਦੀ ਕਿਵੇਂ, ਕਿਹਦੀ ਸਹਾਇਤਾ ਨਾਲ ਚੱਲਦੀ? ਮਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਗਵਰਨਮੈਂਟ ਆਫ ਇੰਡੀਆ, ਸਾਨੂੰ ਉਸ ਤੋਂ ਕੁਛ ਗ੍ਰਾਂਟ ਸਾਨੂੰ ਉੱਥੋਂ ਵੀ ਆਉਂਦੀ ਹੈ, ਬਾਕੀ ਅਦਾਨੀ ਸੱਜਣ ਪਿਓਰਲੀ ਔਨ ਚੈਰਿਟੀ ਐਂਡ ਡੋਨੇਸ਼ਨ। ਤੁਹਾਡਾ ਜਿਹੜੀ ਸੰਸਥਾ ਹੈ ਇਹ ਚਲਾਉਣ ਵਿੱਚ ਤੁਹਾਨੂੰ ਕੋਈ ਕਿਸੇ ਕਿਸਮ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ? ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਦੇ ਹਾਂ ਉਸਦੇ ਵਿੱਚ ਆਪਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ, ਲੇਕਿਨ ਉਹਨਾਂ ਪ੍ਰੋਬਲਮਸ ਦਾ ਜਿਹੜਾ ਸਮਾਧਾਨ ਹੈ ਉਹ ਵੀ ਵਿੱਚ ਨਾਲ ਦੀ ਨਾਲ ਹੋ ਹੀ ਜਾਂਦਾ ਹੈ ਨਾ। ਜਦੋਂ ਸਕੂਲ ਸ਼ੁਰੂ ਕੀਤਾ ਗਿਆ ਉਦੋਂ ਸਪੈਸ਼ਲ ਸਕੂਲ ਚਲਾਉਣ ਲਈ ਬਹੁਤੇ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਸੀਗੇ, ਲੇਕਿਨ ਪੈਸੇਜ ਆਫ ਟਾਈਮ ਹੌਲੀ ਹੌਲੀ ਨਵੇਂ ਰੂਲਸ ਬਣਦੇ ਗਏ। ਸਕੂਲ ਸ਼ੁਰੂ ਹੋਇਆ ਪਹਿਲੀ ਜਿਹੜੀ ਪ੍ਰੋਬਲਮ ਆ ਰਹੀ ਸੀਗੀ ਆਊਟ ਸਟੇਸ਼ਨ ਬੱਚੇ ਆਉਣੇ ਸ਼ੁਰੂ ਹੋ ਗਏ। ਸਾਡੇ ਕੋਲ ਅੱਜ ਵੀ ਇੱਥੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ ਦੂਰ ਦੂਰ ਤੋਂ ਬੱਚੇ ਅੱਜ ਵੀ ਹੈਗੇ। ਜਦੋਂ ਬੱਚੇ ਆ ਰਹੇ ਸੀ ਤਾਂ ਪਹਿਲੀ ਚੀਜ਼ ਜਿਹੜੀ ਸੀਗੀ ਕਿ ਸਾਨੂੰ ਇੱਕ ਹੋਸਟਲ ਫੈਸਿਲਿਟੀ ਦੀ ਜ਼ਰੂਰਤ ਸੀ। ਸੋ ਨਾਓ ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਵੀ ਆਰ ਰਨਿੰਗ ਦਿਸ ਸਕੂਲ ਵਿਦ ਦਾ ਬੋਰਡਿੰਗ ਹਾਊਸ ਫੈਸਿਲਿਟੀ ਨਾਲ ਹੈਗੀ ਹੈ। ਹੋਸਟਲ ਦੀ ਸੁਵਿਧਾ ਸਭ ਤੋਂ ਪਹਿਲਾਂ ਅਸੀਂ ਕ੍ਰੀਏਟ ਕੀਤੀ। ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਰੂਲਸ ਐਂਡ ਰੈਗੂਲੇਸ਼ਨਸ ਨਵੇਂ ਬਣਨੇ ਸ਼ੁਰੂ ਹੋ ਗਏ, ਫਿਰ
ਅਸੀਂ ਰਿਹੈਬਲੀਟੇਸ਼ਨ ਕੌਂਸਲ ਆਫ ਇੰਡੀਆ ਦੇ ਅੰਦਰ ਆਉਂਦੇ ਹਾਂ। ਫਿਰ ਇੱਕ ਉਹਨਾਂ ਦੀਆਂ ਨੋਰਮਸ ਐਂਡ ਗਾਈਡਲਾਈਨਸ ਦੇ ਅਕੋਰਡਿੰਗ ਸਾਨੂੰ ਸਪੈਸ਼ਲੀ ਟ੍ਰੇਨਡ ਸਟਾਫ ਚਾਹੀਦਾ ਸੀਗਾ ਇਹਨਾਂ ਬੱਚਿਆਂ ਨੂੰ ਪੜ੍ਹਾਉਣ ਲਈ। ਉਹ ਜਿਹੜਾ ਟ੍ਰੇਨਡ ਸਟਾਫ ਹੈ ਉਹ ਨਹੀਂ ਸੀ ਸਾਨੂੰ ਇੱਥੇ ਮਿਲ ਰਿਹਾ। ਟ੍ਰੇਨਡ ਸਟਾਫ ਦੇ ਲਈ ਅਸੀਂ ਇੱਕ ਆਪਣਾ ਇੰਸਟੀਚਿਊਟ ਸ਼ੁਰੂ ਕਰ ਲਿਆ ਰਿਹੈਬਲੀਟੇਸ਼ਨ ਕੌਂਸਲ ਆਫ ਇੰਡੀਆ ਤੋਂ ਹੀ। ਇੱਕ ਡਿਪਲੋਮਾ ਹੈ ਜੋ ਕੋਈ ਵੀ ਬੱਚਾ ਬਾਰ੍ਹਵੀਂ ਕਲਾਸ ਤੋਂ ਬਾਅਦ ਉਹ ਡਿਪਲੋਮਾ ਕਰ ਸਕਦਾ ਜੋ ਕਿ 2 ਸਾਲ ਦਾ ਹੈ। ਉਹ 2 ਸਾਲ ਦਾ ਡਿਪਲੋਮਾ ਕਰਨ ਤੋਂ ਬਾਅਦ ਯੂ ਆਰ ਐਲੀਜੀਬਲ, ਯੂ ਆਰ ਰਜਿਸਟਰਡ ਵਿਦ RCI ਅਤੇ ਤੁਸੀਂ ਸਪੈਸ਼ਲ ਬੱਚਿਆਂ ਨੂੰ ਪੜ੍ਹਾ ਸਕਦੇ ਹੋ ਜਿਵੇਂ ਸਾਡੇ ਕੋਲ ਇੰਟਲੈਕਚੁਅਲੀ ਡਿਸੇਬਲਡ ਬੱਚੇ ਨੇ, ਮੰਦ ਬੁੱਧੀ ਬੱਚਿਆਂ ਨੂੰ ਪੜ੍ਹਾਉਣ ਲਈ ਸਪੈਸ਼ਲ ਡਿਪਲੋਮਾ। ਫਿਰ ਥੋੜ੍ਹੀ ਦੇਰ ਬਾਅਦ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਨਾਲ ਮਿਲ ਕੇ ਇੱਕ BEd ਚਲਾ ਰਹੇ ਹਾਂ, BEd ਇਨ MR। MR ਇੰਟਲੈਕਚੁਅਲੀ ਡਿਸੇਬਲਡ ਨਹੀਂ ਹੈਗੀ, ਉਹ BEd ਸਾਡੇ ਕੋਲ ਨਹੀਂ ਹੈ। ਉਹ BEd ਆਫਟਰ ਗ੍ਰੈਜੂਏਸ਼ਨ ਕੋਈ ਵੀ ਕਰ ਸਕਦਾ ਹੈ, ਉਹ ਗ੍ਰੈਜੂਏਸ਼ਨ ਤੋਂ ਬਾਅਦ BEd ਇਨ MR ਕਰਕੇ ਤੁਸੀਂ ਨੋਰਮਲ ਬੱਚਿਆਂ ਨੂੰ ਵੀ ਪੜ੍ਹਾ ਸਕਦੇ ਹੋ ਔਰ ਤੁਸੀਂ ਸਾਡੇ ਬੱਚਿਆਂ ਨੂੰ ਪੜ੍ਹਾਉਣ ਲਈ ਵੀ ਐਲੀਜੀਬਲ ਹੈਗੇ ਹੋ। ਐਂਡ ਐਜ਼ ਆਫ ਨਾਓ ਵੀ ਆਰ ਦਾ ਓਨਲੀ ਵਨ ਇਨ ਪੰਜਾਬ ਜਿਹੜਾ ਕਿ ਉਹ BEd ਚੱਲ ਰਿਹਾ ਹੈ। ਸੋ ਅਸੀਂ ਇਸਦਾ ਜਿਵੇਂ ਆਪਾਂ ਕਹਿ ਰਹੇ ਹਾਂ ਔਕੜਾਂ ਦਾ ਸਾਹਮਣਾ ਕੀਤਾ, ਤਾਂ ਜਿਵੇਂ ਜਿਵੇਂ ਔਕੜਾਂ ਆਉਂਦੀਆਂ ਨੇ ਉਵੇਂ ਉਵੇਂ ਸੋਲਿਊਸ਼ਨ ਵੀ ਮਿਲਣੇ ਸ਼ੁਰੂ ਹੋ ਜਾਂਦੇ ਨੇ। ਉਸ ਤੋਂ ਬਾਅਦ ਕੋਈ ਵੀ ਸਕੂਲ, ਕੋਈ ਵੀ ਹੋਸਟਲ, ਅਸੀਂ 17 ਸਾਲ ਤੱਕ ਆਪਣੇ ਕੋਲ ਬੱਚਾ ਰੱਖ ਸਕਦੇ ਹਾਂ। ਬੱਚਾ ਐਡਲਟ ਹੋ ਗਿਆ, ਅਸੀਂ ਬੱਚੇ ਨੂੰ ਘਰ ਵਾਪਸ ਭੇਜਦੇ ਹਾਂ। ਜਦੋਂ ਬੱਚੇ ਘਰ ਵਾਪਸ ਜਾਣ ਲੱਗ ਗਏ ਤਾਂ ਪੇਰੈਂਟਸ ਵਾਪਸ ਆਉਣ ਲੱਗ ਗਏ ਕਿ ਹੁਣ ਕੀ, ਹੈ ਨਾ। ਬੱਚੇ ਨੂੰ ਅਸੀਂ ਟ੍ਰੇਨਿੰਗ ਜਿੰਨੀ ਬਣਦੀ ਟ੍ਰੇਨਿੰਗ ਇਹ ਦਿੱਤੀ ਕਿ ਹੁਣ ਇਸ ਤੋਂ ਬਾਅਦ ਕੀ ਕੀਤਾ ਜਾਵੇ, ਨੈਕਸਟ ਸਟੈਪ ਕੀ ਹੋਏਗਾ। ਇੱਕ ਆਪਣੇ ਆਪ ਦੇ ਵਿੱਚ ਇੱਕ ਬੜਾ ਡਿਫਰੈਂਟ ਕੋਨਸੈਪਟ ਫਿਰ ਅਸੀਂ ਸ਼ੁਰੂ ਕੀਤਾ, ਰੈਜ਼ੀਡੈਂਸ਼ੀਅਲ ਕੇਅਰ ਫੋਰ ਸਪੈਸ਼ਲ ਚਿਲਡਰਨ ਐਡਲਟਸ ਦੇ ਵਾਸਤੇ। ਲੇਕਿਨ ਉਹ ਐਜ਼ ਆਫ ਨਾਓ ਜਿਹੜਾ ਹੈਗਾ ਪੰਜਾਬ ਦੇ ਵਿੱਚ ਅਸੀਂ ਹੀ ਸਿਰਫ ਕਰ ਰਹੇ ਹਾਂ। ਅਸੀਂ ਇਹ ਜਿਹੜਾ ਕੋਨਸੈਪਟ ਸੀਗਾ ਇੱਕ ਇਸ ਤਰੀਕੇ ਦਾ ਇੰਸਟੀਚਿਊਟ ਸਾਊਥ ਦੇ ਵਿੱਚ ਚੱਲ ਰਿਹਾ ਸੀਗਾ, ਉਹ ਸਾਊਥ ਵਾਲੇ ਇੰਸਟੀਚਿਊਟ ਤੋਂ ਅਸੀਂ ਇੰਸਪਾਇਰ ਹੋਏ ਕਹਿ ਲਓ, ਜਾਂ ਉੱਥੋਂ ਸਾਨੂੰ ਆਈਡੀਆ ਆਇਆ ਅਤੇ ਅਸੀਂ ਇਹ ਇੰਸਟੀਚਿਊਟ ਸ਼ੁਰੂ ਕਰ ਲਿਆ। ਮੈਮ ਮੇਰਾ ਇੱਕ ਕੁਸ਼ਚਨ, ਜਿਹੜੇ ਤੁਹਾਡੇ ਕੋਲ ਮੰਦ ਬੁੱਧੀ ਬੱਚੇ ਆਉਂਦੇ ਨੇ ਉਹੀ 17 ਸਾਲ ਤੋਂ ਬਾਅਦ ਐਲੀਜੀਬਲ ਹੋ ਜਾਂਦੇ ਨੇ ਇੱਕ ਜੋਬ ਕਰਨ ਦੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੁਹਾਡੇ ਕਹਿੰਦੇ ਦਾਦੀ ਬੱਚਿਆਂ ਦੀ ਕੇਅਰ ਕਰਨ ਦੇ? ਨਹੀਂ ਜੀ, ਨਹੀਂ ਇਹ, ਹਾਂ ਇਹ ਤੁਸੀਂ ਮੈਨੂੰ ਚੰਗਾ ਸਵਾਲ ਪੁੱਛਿਆ, ਮੈਂ ਕਲੀਅਰ ਕਰਦਾ। ਨਹੀਂ, ਜਿਹੜੇ ਬੱਚੇ ਸਾਡੇ ਕੋਲ ਆਉਂਦੇ ਨੇ ਦੇ ਕੈਨ ਨੈਵਰ ਬੀ ਇੰਡੀਪੈਂਡੈਂਟ, ਕਿਸੇ ਨਾ ਕਿਸੇ ਲੈਵਲ ਦੇ ਉੱਤੇ ਉਹ ਡਿਪੈਂਡੈਂਟ ਰਹਿਣਗੇ। ਇਟ ਡਿਪੈਂਡਸ, ਹਰ ਬੱਚਾ ਇੱਕ ਆਪਣੇ ਆਪ ਦੇ ਵਿੱਚ ਡਿਫਰੈਂਟ ਕੇਸ ਹੈ, ਜਿੰਨੀ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਸਕਦੇ ਹਾਂ। ਹੁਣ ਜਿਵੇਂ ਇੱਕ ਬੱਚੇ ਦੀ ਟ੍ਰੇਨਿੰਗ ਇਹ ਵੀ ਹੋਏਗੀ ਕਿ ਇੱਕ ਬੱਚਾ ਸਾਡੇ ਕੋਲ ਆ ਗਿਆ, ਸਾਡੇ ਕੋਲ ਬੱਚਾ ਆ ਗਿਆ, 6 ਮਹੀਨੇ ਬਾਅਦ ਉਹਦੀ ਟੀਚਰ ਬਹੁਤ ਖੁਸ਼ ਹੋਏਗੀ ਕਿ ਮੇਰੇ ਬੱਚੇ ਦੀ ਅੱਜ ਬੜੀ ਅੱਛੀ ਅਚੀਵਮੈਂਟ ਹੋ ਗਈ। ਉਹ ਅਚੀਵਮੈਂਟ ਸਿਰਫ ਇੰਨੀ ਵੀ ਹੋ ਸਕਦੀ ਹੈ ਕਿ 6 ਮਹੀਨੇ ਦੇ ਵਿੱਚ ਉਹ ਬੱਚਾ ਸਿਰਫ ਆਪਣੇ ਨਾਈਟ ਸੂਟ ਹੀ ਬਦਲਣਾ ਸਿੱਖਿਆ ਹੋਵੇ, ਪੂਰਾ ਨਾਈਟ ਸੂਟ ਵੀ ਨਹੀਂ, ਸਿਰਫ ਪਜਾਮਾ ਹੀ ਪਾਉਣਾ ਸਿੱਖਿਆ ਹੋਵੇ। ਲੇਕਿਨ ਇਟ ਡਿਪੈਂਡਸ ਔਨ IQ, ਹਰ ਬੱਚੇ ਦਾ ਡਿਫਰੈਂਟ IQ ਹੈ, ਹਰ ਬੱਚੇ ਦੀ ਆਪਣੀ ਕੈਪੇਬਿਲਿਟੀ ਹੈ। ਲੇਕਿਨ ਉਹ ਬੱਚੇ ਨਹੀਂ ਜਿਹੜੀ ਮੈਂ ਡਿਪਲੋਮਾ ਜਾਂ BEd ਦੀ ਗੱਲ ਕੀਤੀ ਹੈ, ਉਹ ਮੈਂ ਗੱਲ ਕਰ ਰਹੀ ਹਾਂ ਤੁਹਾਡੇ ਮੇਰੇ ਨੋਰਮਲ ਪੀਪਲ। ਟੀਚਰਸ ਤਾਂ ਨੋਰਮਲ ਨੇ, ਬਟ ਦੇ ਆਰ ਟ੍ਰੇਨਡ ਟੂ ਗਿਵ ਟ੍ਰੇਨਿੰਗ ਟੂ ਸਪੈਸ਼ਲ ਚਿਲਡਰਨ। ਇਹ ਸਵਾਲ ਨਵਜੀਵਨੀ ਜਿਹੜਾ ਹੈ ਉਹ ਕੁਛ ਲੋਕਾਂ ਨੂੰ ਰੋਜ਼ਗਾਰ ਦੇਣ ਵਿੱਚ ਵੀ ਆਪਣਾ ਸਹਿਯੋਗ ਦੇ ਰਿਹਾ? ਹਾਂਜੀ, ਇੱਥੇ ਸਾਡੇ ਕੋਲ ਸਟਾਫ ਹੈਗਾ, ਸਾਡੇ ਕੋਲ ਟੀਚਰਸ ਹੈਗੇ ਨੇ, ਸਾਡੇ ਕੋਲ ਐਡਮਿਨਿਸਟ੍ਰੇਟਿਵ ਬਲੋਕ ਦੇ ਵਿੱਚ ਸਟਾਫ ਹੈਗਾ, ਸਾਡੇ ਕੋਲ ਕੇਅਰਟੇਕਰਸ ਹੈਗੇ ਨੇ, ਹੋਸਟਲ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੈਗੇ ਨੇ, ਅਸੀਂ ਰੋਜ਼ਗਾਰ ਦੇ ਰਹੇ ਹਾਂ। ਕੀ ਜਿਹੜੇ ਬਾਹਰੋਂ ਕੋਈ ਉਰੇ BEd ਕਰਨ ਲਈ ਆਉਂਦੇ ਨੇ, ਹਾਂਜੀ, ਕੰਪੇਅਰ ਦੇ ਅੰਦਰ ਅਦਰ ਇੰਸਟੀਚਿਊਸ਼ਨ ਹੋ ਜੀ ਜੀ, ਉਹਨਾਂ ਦੀ ਕੋਈ ਫੀਸ ਸਟਰਕਚਰ ਵਗੈਰਾ ਜੀ 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 ਜੋ ਕਨਸੈਸ਼ਨ ਜੋ ਪੰਜਾਬੀ ਯੂਨੀਵਰਸਿਟੀ ਦੀਆਂ ਨੋਰਮਸ ਹੈ ਉਹਦੇ ਅਕੋਰਡਿੰਗ ਅਸੀਂ ਫੀਸ ਲੈਂਦੇ ਹਾਂ। ਜਿਸ ਤਰ੍ਹਾਂ ਪ੍ਰਾਈਵੇਟ ਵਿੱਚ ਕਈਆਂ ਵਿੱਚ ਲੱਖਾਂ ਦੀ ਫੀਸ ਹੁੰਦੀ ਹੈ, ਸਟੇਟ ਕਾਲਜ ਚ ਤਾਂ ਨਹੀਂ 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 ਉਹ ਜਿਹਾ ਕੁਛ ਨਹੀਂ ਹੈਗਾ। ਜੋ ਸਾਡੀਆਂ ਪੰਜਾਬੀ ਯੂਨੀਵਰਸਿਟੀ ਦੇ ਨੋਰਮਸ ਦੇ ਅਕੋਰਡਿੰਗ ਫੀਸ ਲਈ ਜਾ ਰਹੀ ਹੈ, ਬਿਲਕੁਲ ਉਹ ਜਿਹੀ ਜੋ ਉਹਨਾਂ ਦੀਆਂ ਨੋਰਮਸ ਦੇ ਅਕੋਰਡਿੰਗ ਸਟਾਫ ਨੂੰ ਸੈਲਰੀ ਦੇਣੀ ਹੈ ਉਹੀ ਅਸੀਂ ਉਹ ਕਰ ਰਹੇ ਹਾਂ। ਸੋ ਇਹ ਤਾਂ ਚੀਜ਼। ਤੇ ਮੈਂ ਤੁਸੀਂ ਭਵਿੱਖ ਵਿੱਚ ਸਾਡੇ ਸਮਾਜ ਤੋਂ ਕੀ ਐਕਸਪੈਕਟ ਕਰਦੇ ਹੋ, ਕੀ ਉਮੀਦ ਕਰਦੇ ਹੋ ਕਿ ਹੋਰ ਉਹ ਤੁਹਾਡੇ ਇਸ ਇੰਸਟੀਟਿਊਸ਼ਨ ਨੂੰ ਬਿਹਤਰ ਚਲਾਉਣ ਲਈ ਯੋਗਦਾਨ ਦੇਣ? ਮੈਂ ਆਪਣੇ ਇੰਸਟੀਚਿਊਟ ਤੋਂ ਇਲਾਵਾ ਆਪਾਂ ਜੇਕਰ ਡਿਸੇਬਿਲਿਟੀ ਦੀ ਹੀ ਗੱਲ ਕਰੀਏ, ਜਿਹੜੀ ਡਿਸੇਬਿਲਿਟੀ, ਅਗਰ ਆਪਾਂ ਇੰਟਲੈਕਚੁਅਲੀ ਡਿਸੇਬਲ ਦੀ ਗੱਲ ਕਰ ਰਹੇ ਹਾਂ, ਮੰਦ ਬੁੱਧੀ ਬੱਚਿਆਂ ਦੀ ਗੱਲ ਕਰ ਰਹੇ ਹਾਂ, ਇਹ 3% ਵਰਲਡ ਪਾਪੂਲੇਸ਼ਨ ਦਾ ਜਿਹੜਾ ਹੈਗਾ ਅਕੋਰਡਿੰਗ ਟੂ
डेटा जिहड़ा हुण तक हैगा ये आउणा है जिथे 100 नॉर्मल स्कूल हैगे ने यानी कि उत्थे 3 स्पेशल स्कूल भी चाहिए। लेकिन गल दोबारा उत्थे आ जाती है कि जो 3 स्पेशल स्कूल चाहिए ने उस स्कूल चलाने लिए अपन इंफ्रास्ट्रक्चर चाहिए है, उस स्कूल चलाने लिए अपन सोसाइटी को सेंसिटाइज करने की जरूरत होती है। सानू एक चीज़ एक्सैप्ट करनी पड़ेगी कि इन्हों बच्चों ने दुनिया के आना है। जिमें असी अक्सर आप भी गल करते हैं, असं कहने अपने घर किसी गैसट ने आना है, अपना उन्हां दी तैयारी करते हैं कि किसी गैसट ने घर आना असं उन्होंने कंफर्टेबल करिए। सो सेम वे इन्हों बच्चों ने सोसाइटी आना है, उन्होंने रिसीव करने सोसाइटी के इस सोसाइटी वेलकम करने असी की तैयारी कर रहे हैं, इस चीज़ लिए सोसाइटी में ही सेंसिटाइज जिहड़ा हैगा करना बहुत जरूरी है। एक टाइम से साढ़े को वॉलंटियर्स बड़े आ जाते थे कि आई स्पेंड 2 days इन अ वीक, है ना। 2 days मतलब कि हफ्ते के 2 दिन आके 1 घंटा ही स्पेंड करना है। एक तो वह कल्चर बिल्कुल खत्म हो गया। नाउ डेज साढ़े को वॉलंटियर्स नहीं आते, जो कोई आता है हर एक कोई ये देखता है कि जो मैं इतने काम करने आ रहा तो मैं मेरा परसनल बेनीफिट की है। सो जो आप वी आर अर्निंग आर ब्रैड एंड बटर, आप काम कर रहे हैं और अपन करना भी पैना रोजी रोटी कमाने लिए, लेकिन अपना अपने ठीक है आप चैरिटी करांगे, आप डोनेशन करांगे, वो एक अपना अलग तरीका है, लेकिन अपना इन्हों बच्चों मिल के कुछ काम भी कर सकते हैं, जिहड़ा एक अपन वॉलंटियर वर्क कह सकते हैं, वो भी करन दा एक जिहड़ा हैगा। न्यू जनरेशन अपनी आ रही है, स्कूल दे विच बच्चे आ रहे हैं, कॉलेजेस दे विच बच्चे आ रहे हैं, कि करिकुलम दे विच ही किसी तरीके उन्हां दे विच एक गल इनकलकेट कर दी जाए कि येस यू हैव टू वर्क फॉर सोसाइटी, यू हैव टू वर्क फॉर चिल्ड्रन विद स्पेशल नीड्स। वो साढ़े स्कूल दे विच हो सकते हैं डिसेबल, जड़े इंटलैक्चुअली डिसेबल बच्चे ने, वो किसी होर स्कूल दे विच डेफिनेटली या ब्लाइंड बच्चे हो सकते हैं, किसी भी तरीके की डिसेबिलिटी हैगी है जी, किसी भी तरीके की किसी कोई जरूरत है। तो मैनू नहीं लगता कि मंडे टू संडे अपने को 2 घंटे भी अपना टाइम नहीं कर सकते, तो ये बड़ा जरूरी है। नंबर 2, जो किसी भी फैमिली के स्पेशल बच्चा आ जाता है, इट इज़ नॉट ईजी टू एक्सैप्ट फॉर लाइक इट इज़ नॉट ईजी फॉर पेरेंट्स टू एक्सैप्ट कि साढ़े परिवार के एक स्पेशल बच्चा आ गया। वो एक्सैप्टेंस आँदे आँदे काफ़ी टाइम निकल जाता है, जो तक बच्चा साढ़े को आता है, साढ़े को कई बच्चे तो 12-13 साल की उम्र तो बाद भी आते, क्योंकि पेरेंट्स की कोशिश होंगी है कि शायद कितने इलाज करवा के बच्चा ठीक हो जाए। इलाज नहीं करवाता तो अपना हम समाज इस तरीके है, समाज का पार्ट है, सियाने कह लो बाबे कह लो होंगे ने, फिर उत्थे भी जाते हैं या छुपाते भी नहीं, छुपाते भी नहीं। सो बहुत कुछ होंगे। सो कहने का मतलब ये है भी अगर किसी परिवार के स्पेशल बच्चा आ गया, उन्हें एक्सैप्ट करो कि परमात्मा ने सानू इस बच्चे की सेवा लगाई है एंड परमात्मा ने सानू स्पेशल समझे है, असी बच्चे की देख रेख कर सकते हैं, इसलिए सानू दिता है। विच इज़ नॉट ईजी, मेरे लिए बोलना बहुत सौखा है, मेरे लिए बोलना एक स्टेटमेंट देनी सौखी है, लेकिन जिन्हें से बीती है बहुत औखा है। लेकिन जो बच्चा साढ़े को टाइमली आ जाएगा ना, तो असं उन्होंने ट्रेनिंग बहुत चंगे तरीके दे सकेंगे। हमने मैं तुम स्कूल विजिट करवाऊंगी, दिखाऊंगी, तुम नॉर्मल लैब्स देखी होंगे स्कूलों के, है ना, केमिस्ट्री लैब, कंप्यूटर लैब, डिफरेंट काइंड ऑफ बायो के डिफरेंट लैब्स। साड़ी जिहड़ी लैब है छोटे बच्चों के लिए, इट्स अ टॉयलेट लैब, असी तो बाथरूम बनाए हुए हैं, वी गिव देम टॉयलेट ट्रेनिंग। सो इस तरीके एक बच्चा सर्वाइव कैसे करना, टाइमली हाँ सोसाइटी के विचरना चाहिए। देन इट डिपेंड्स ऑन देयर कैपेबिलिटी। देन वी हैव सक्सेस स्टोरीज, कई बच्चे छोटे छोटे काम सीख जाते हैं अंडर गाइडेंस, वो काम करने शुरू कर देते हैं। सो मेरा यही प्रश्न सी कि तुहाडे इन्नी पुरानी इंस्टीट्यूशन जिहड़ी तुसीं, मैनूं लगदा है पंजाब 'च इह पहली संस्था जी 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 जी, ते कोई ऐसा कोई तुहाडे केस माइंड 'च होवे जिहड़ा इत्थों पढ़ लिख के सीख के छोटा मोटा कोई भी रोजगार करने के काबिल है, अपने अपने पैर पर खड़ा हो जाए। हाँ जी, जिवे पेरेंट्स बिजनेस के विच हैगे ने, कपड़े की दुकान हैगी है, तो बच्चा इन्ने लायक हो गया है कि बच्चा इंस्ट्रक्शन फॉलो करके कपड़े दिखाने का काम जिमें हेल्प कर रहा है दुकान के बिजनेस के ना लग। बट अगेन आई विल यूज दिस वर्ड अंडर गाइडेंस। तो जिमें साढ़े को बच्चिया है, गर्ल्स है, वी गिव दैम ट्रेनिंग ग्रूमिंग दी, तो ग्रूमिंग की ट्रेनिंग दे विच कोई मेहंदी लगानी सीख गया बच्चा, तो ब्यूटी सैलोन्स दे विच हेल्पर का काम करने लग गई अंडर गार्डन्स।
ਅਗੇਨ। ਸੋ ਇਹੋ ਜਿਹੀਆਂ ਸਕਸੈਸ ਸਟੋਰੀਜ਼ ਸਾਡੇ ਕੋਲ ਮਿਲੀਆਂ ਨੇ। ਸੋ ਇਹ ਸਨ ਡਾਇਰੈਕਟਰ ਸਾਹਿਬ ਦੇ ਵਿਚਾਰ, ਉਹਨਾਂ ਦੇ ਵਿਊਜ਼ ਜਿਹੜੇ ਕਿ ਸਾਡੇ ਸਮਾਜ ਨੂੰ ਸੁਣਨੇ ਚਾਹੀਦੇ ਨੇ। ਔਰ ਇਹਨਾਂ ਨੇ ਜਿਹੜੀ ਸਭ ਤੋਂ ਵੱਡੀ ਇੱਕ ਉਮੀਦ ਕੀਤੀ ਹੈ ਸਾਡੇ ਸਮਾਜ ਤੋਂ ਕਿ ਲੋਕ ਪੈਸਿਆਂ ਦੀ ਥਾਂ 'ਤੇ ਜਾਂ ਪੈਸਿਆਂ ਦੇ ਨਾਲ ਨਾਲ ਆਪਣੀ ਉਹ ਫਿਜ਼ੀਕਲ ਸਰਵਿਸ, ਆਪਣੀ ਉਹ ਜਿਸਮਾਨੀ ਸੇਵਾ ਵੀ ਦੇਣ। ਇਹ ਵੀ ਬਹੁਤ ਜ਼ਰੂਰੀ ਹੈ ਇਹਨਾਂ ਦੇ ਵਰਗੇ ਸੰਸਥਾਵਾਂ ਲਈ। ਸਾਰਿਆਂ ਨੂੰ ਥੈਂਕ ਯੂ।